देखो खन्ना दे नजदीकी पिंड राजेवाल कुल्लेवाल दे नौजवानां ने एक अलग ही तरह की पहल की है, जिस दे विच इन्हां ने लॉकडाउन दौरान कर्फ्यू दे बावजूद खुले हुए शराब दे ठेकियां दा अपने ही तरीके विच विरोध किया। शराब दे ठेकियां दे बाहर इन्हां ने खोलिया दुध दा ठेका अते पंजाब सरकार वालों घर घर शराब की होम डिलीवरी दिते जाण ते भी जम के सरकार नूं खरियां खरियां सुनाईयां, क्योंकि पंजाब सरकार खजाने खाली होण नूं लैके पिट रही है ते केंद्र वल अटियां चख के वेख रही है कि उन्हां नूं 20,000 करोड़ की माली सहायता दिती जावे। पर जे पंजाब दे विच सिहत सहूलतां की गल की जावे, गरीबां तक राशन मुहैया करवाउण की गल की जावे, तो गरीब पंजाब सरकार की मार नाल मर रहे ने, क्योंकि किसी नूं कोई सहूलतां प्रदान नहीं हो रही हैं। ਇਹ ਕੈਪਟਨ ਸਰਕਾਰ ਦੇ ਵਿਰੁੱਧ ਆ। ਇੱਕ ਤਾਂ ਕੈਪਟਨ ਸਾਹਿਬ ਸਾਡੇ ਜਿਹੜੇ ਮਾਨਯੋਗ ਮੰਤਰੀ ਨੇ ਕੈਬਨਿਟ, ਉਹਨਾਂ ਦੀ ਵਾਈਫ ਰਾਜਾ ਪੜਿੰਗ ਦੀ ਵਾਈਫ, ਉਹਨਾਂ ਨੇ ਵੀ ਕਿਹਾ ਵੀ ਇਹ ਸ਼ਰਾਬ 'ਤੇ ਪਾਬੰਦੀ ਲੱਗਣੀ ਚਾਹੀਦੀ ਆ। ਉਹ ਇੱਕ ਕੈਬਨਿਟ ਮੰਤਰੀ ਜਿਹੜੇ ਭੂਸ਼ਣ ਸਾਹਿਬ ਨੇ, ਉਹਨਾਂ ਦੀ ਵਾਈਫ ਨੇ ਵੀ ਕਿਹਾ ਵੀ ਇਸ ਜਿਹੜੀ ਸ਼ਰਾਬ ਹੈ 'ਤੇ ਪਾਬੰਦੀ ਲੱਗਣੀ ਚਾਹੀਦੀ ਆ। ਜੇ ਤੁਸੀਂ ਘਰਾਂ ਦੇ ਵਿੱਚ ਡਿਲੀਵਰੀ ਕਰਨ ਜਾ ਰਹੇ ਹੋ ਸ਼ਰਾਬ ਦੀ, ਤਾਂ ਕਰੋਨਾ ਵਾਇਰਸ ਖਤਮ ਹੋਣ ਤੋਂ ਬਾਅਦ ਤੁਸੀਂ ਇੱਕ ਚੀਜ਼ ਜ਼ਰੂਰ ਜਨਤਕ ਕਰਿਓ ਕਿ ਕਿੰਨੇ ਤੁਸੀਂ ਰਾਸ਼ਨ ਦੇ ਪੈਕਟ ਘਰਾਂ ਦੇ ਵਿੱਚ ਦਿੱਤੇ ਨੇ ਅਤੇ ਕਿੰਨੀ ਸ਼ਰਾਬ ਤੁਸੀਂ ਘਰਾਂ ਦੇ ਵਿੱਚ ਦਿੱਤੀ ਆ। ਉਮੀਦ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਯੂਥ ਵਿੰਗ, ਜਿੱਥੇ ਅੱਜ ਸਾਰੀ ਦੁਨੀਆ ਦੇ ਵਿੱਚ ਕਰੋਨਾ ਜਿਹੜੀ ਮਹਾਂਮਾਰੀ ਆ ਉਹ ਫੈਲੀ ਹੋਈ ਆ, ਲੋਕ ਨੂੰ ਖਾਣ ਨੂੰ ਕੁਝ ਨਹੀਂ ਮਿਲ ਰਿਹਾ ਅਤੇ ਲੋਕਾਂ ਕੋਲ ਪੈਸਾ ਨਹੀਂ, ਉੱਥੇ ਕੈਪਟਨ ਸਰਕਾਰ ਠੇਕੇ ਖੋਲ੍ਹ ਕੇ ਜਾਂ ਘਰਾਂ ਦੇ ਵਿੱਚ ਸ਼ਰਾਬ ਨੂੰ ਸਪਲਾਈ ਕਰਨ ਦੀਆਂ ਗੱਲਾਂ ਕਰ ਰਹੀ ਆ। ਦੇਖੋ ਸ਼ਰੇਆਮ ਸਾਡੇ ਵੀਰ ਨੇ, ਇਹ ਵੀ ਹੁਣ ਇੱਥੇ ਠੇਕੇ ਤੋਂ ਸ਼ਰਾਬ ਲੈਣ ਲਈ ਆਏ ਹੋਏ ਨੇ, ਖਰੀਦੀ ਜਾ ਰਹੀ ਹੈ। ਅਸੀਂ ਇਸ ਦੇ ਵਿਰੋਧ ਦੇ ਵਿੱਚ ਅੱਜ ਇੱਥੇ ਦੁੱਧ ਦਾ ਠੇਕਾ ਲਾਇਆ ਅਤੇ ਇਹ ਸਾਡਾ ਜਿਹੜਾ ਵਿਰੋਧ ਆ ਇਹ ਕੈਪਟਨ ਸਰਕਾਰ ਦੇ ਵਿਰੁੱਧ ਆ। ਇੱਕ ਤਾਂ ਕੈਪਟਨ ਸਾਹਿਬ ਸਾਡੇ ਜਿਹੜੇ ਮਾਨਯੋਗ ਮੰਤਰੀ ਨੇ ਕੈਬਨਿਟ, ਉਹਨਾਂ ਦੀ ਵਾਈਫ ਰਾਜਾ ਪੜਿੰਗ ਦੀ ਵਾਈਫ, ਉਹਨਾਂ ਨੇ ਵੀ ਕਿਹਾ ਵੀ ਇਹ ਸ਼ਰਾਬ 'ਤੇ ਪਾਬੰਦੀ ਲੱਗਣੀ ਚਾਹੀਦੀ ਆ। ਉਹ ਇੱਕ ਕੈਬਨਿਟ ਮੰਤਰੀ ਜਿਹੜੇ ਭੂਸ਼ਣ ਸਾਹਿਬ ਨੇ, ਉਹਨਾਂ ਦੀ ਵਾਈਫ ਨੇ ਵੀ ਕਿਹਾ ਵੀ ਇਸ ਜਿਹੜੀ ਸ਼ਰਾਬ ਹੈ 'ਤੇ ਪਾਬੰਦੀ ਲੱਗਣੀ ਚਾਹੀਦੀ ਆ। ਜੇ ਤੁਸੀਂ ਘਰਾਂ ਦੇ ਵਿੱਚ ਡਿਲੀਵਰੀ ਕਰਨ ਜਾ ਰਹੇ ਹੋ ਸ਼ਰਾਬ ਦੀ, ਤਾਂ ਕਰੋਨਾ ਵਾਇਰਸ ਖਤਮ ਹੋਣ ਤੋਂ ਬਾਅਦ ਤੁਸੀਂ ਇੱਕ ਚੀਜ਼ ਜ਼ਰੂਰ ਜਨਤਕ ਕਰਿਓ ਕਿ ਕਿੰਨੇ ਤੁਸੀਂ ਰਾਸ਼ਨ ਦੇ ਪੈਕਟ ਘਰਾਂ ਦੇ ਵਿੱਚ ਦਿੱਤੇ ਨੇ ਅਤੇ ਕਿੰਨੀ ਸ਼ਰਾਬ ਤੁਸੀਂ ਘਰਾਂ ਦੇ ਵਿੱਚ ਦਿੱਤੀ ਆ। ਕੈਪਟਨ ਸਾਹਿਬ, ਜਿਹੜੇ ਮੇਰੇ ਵੀਰ ਜਿਹੜੇ ਮੇਰੇ ਭਰਾ ਆਦਿ ਨੇ ਸ਼ਰਾਬ ਪੀਣ ਦੇ, ਜੇ ਉਹਨਾਂ ਕੋਲ 200 ਰੁਪਈਆ ਉਹ ਘਰ ਨੂੰ ਰਾਸ਼ਨ ਨਹੀਂ ਲੈ ਕੇ ਜਾਣਗੇ, ਉਹ ਆਪ ਸ਼ਰਾਬ ਪੀਣਗੇ ਅਤੇ ਬੱਚੇ ਘਰੇ ਭੁੱਖੇ ਮਰਨਗੇ। ਤੁਹਾਨੂੰ ਕਿਉਂ ਸਮਝ ਨਹੀਂ ਆ ਰਹੀ, ਕਿਉਂ ਤੁਸੀਂ ਪੰਜਾਬ ਦੀ ਨੌਜਵਾਨੀ ਦਾ ਘਾਣ ਕਰ ਰਹੇ ਹੋ ਕਿ ਸ਼ਰਾਬ ਇੱਕ ਨਸ਼ਾ ਨਹੀਂ? ਤੁਸੀਂ ਗੁਟਕਾ ਸਾਹਿਬ ਹੱਥ 'ਚ ਫੜ ਕੇ ਸਹੁੰ ਖਾਧੀ ਸੀ ਕਿ ਪੰਜਾਬ ਦੇ ਵਿੱਚੋਂ ਮੈਂ ਨਸ਼ਾ ਖਤਮ ਕਰ ਦੂੰਗਾ। ਗੁਟਕਾ ਸਾਹਿਬ ਹੱਥ 'ਚ ਫੜ ਕੇ ਸਹੁੰ ਖਾਧੀ ਸੀ ਕਿ ਪੰਜਾਬ ਦੇ ਵਿੱਚੋਂ ਮੈਂ ਨਸ਼ਾ ਖਤਮ ਕਰ ਦੂੰਗਾ। ਤੁਹਾਨੂੰ 3 ਸਾਲ ਬੀਤ ਚੁੱਕੇ ਨੇ, ਤੁਸੀਂ ਪੰਜਾਬ ਦੇ ਵਿੱਚੋਂ ਕਿਹੜਾ ਨਸ਼ਾ ਖਤਮ ਕਰ ਦਿੱਤਾ? ਨਸ਼ਾ ਦਾ ਕੀ ਖਤਮ ਕਰਨਾ ਸੀ? ਆਹ ਜਿਹੜੀ ਮਹਾਂਮਾਰੀ ਆਈ ਆ ਪੰਜਾਬ ਦੇ ਵਿੱਚ, ਇਸ ਟਾਈਮ ਤੁਸੀਂ ਨਸ਼ਾ ਵੇਚ ਕੇ ਪੰਜਾਬ ਦਾ ਖਜ਼ਾਨਾ ਭਰਨ ਨੂੰ ਭਰਨ ਬਾਰੇ ਸੋਚ ਰਹੇ ਹੋ। ਆਹ ਦੇਖੋ ਕਿੱਦਾਂ ਸ਼ਰਾਬ ਦੀ ਵਿਕਰੀ ਹੋ ਰਹੀ ਆ, ਕਿਹੜੇ ਪੰਜਾਬ ਦੀਆਂ ਆਮ ਲੋਕਾਂ ਲਈ? ਜੇ ਕੋਈ ਨਿਹੰਗ ਸਿੰਘ ਜਾਂਦਾ ਸਬਜ਼ੀ ਲੈਣ ਤਾਂ ਉੱਥੇ ਪੁਲਿਸ ਉਹਨਾਂ ਨੂੰ ਘੇਰ ਲੈਂਦੀ ਆ, ਕੋਈ ਮੇਰਾ ਵੀਰ ਜਾਂਦਾ ਦਵਾਈ ਲੈਣ ਉਹਨਾਂ ਨੂੰ ਪੁਲਿਸ ਘੇਰ ਲੈਂਦੀ ਆ। ਆਹ ਸ਼ਰਾਬ ਦੀ ਵਿਕਰੀ 'ਤੇ ਕੋਈ ਪਾਬੰਦੀ ਨਹੀਂ, ਸ਼ਰਾਬੀਆਂ ਲਈ ਕੋਈ ਰੂਲ ਨਹੀਂ, ਕਿਉਂਕਿ ਜਿੰਨੇ ਵੀ ਠੇਕੇ ਨੇ ਪੰਜਾਬ ਦੇ ਵਿੱਚ ਇਹ ਸਾਰੀ ਜਿਹੜੇ MLAs ਨੇ ਜਾਂ ਕੈਬਨਿਟ ਮੰਤਰੀ ਨੇ ਉਹਨਾਂ ਦੇ ਨੇ, ਜਾਂ ਇਹਨਾਂ ਦੇ ਜਿਹੜੇ ਚਹੇਤੇ ਨੇ ਅਮੀਰ ਲੋਕ ਨੇ ਜਿਹੜੇ ਬਹੁਤ ਤਕੜੇ ਨੇ ਉਹਨਾਂ ਦੇ ਠੇਕੇ ਨੇ। ਇਹ ਸਾਰੀ ਜਿਹੜੀ ਦਾਲ ਆ ਇਹ ਕਾਲੀ ਹੋ ਚੁੱਕੀ ਆ। ਇੱਕ ਪਾਸੇ ਜਦੋਂ ਪੰਜਾਬ ਦੇ ਵਿੱਚ ਜਿਹੜੇ ਕੇਸ ਸੀ ਉਹ 4-5 ਕੇਸ ਸੀ, ਤੁਸੀਂ ਪੰਜਾਬ ਨੂੰ ਲੋਕਡਾਊਨ ਕਰ ਦਿੱਤਾ, ਪੂਰੇ ਦੇਸ਼ ਨੂੰ ਲੋਕਡਾਊਨ ਕਰ ਦਿੱਤਾ। ਅੱਜ ਜਿਹੜੀ ਸਾਡੀ ਉਹ ਕਰਵ ਚੱਲਦੀ ਆ ਉਹ ਇਨਕਰੀਜ਼ ਹੋ ਗਿਆ ਸਾਡੇ ਪੂਰੇ ਦੇਸ਼ ਦੇ ਵਿੱਚ ਕਰੋਨਾ ਵਾਇਰਸ ਦੇ ਕੇਸ। ਤੁਸੀਂ ਸਭ ਕੁਝ ਖੋਲ੍ਹ ਦਿੱਤਾ, ਤੁਸੀਂ ਜਾਣ ਬੁੱਝ ਕੇ ਦੇਸ਼ ਦੀ ਆਵਾਮ ਨੂੰ ਮਰਾਉਣਾ ਚਾਹੁੰਦੇ ਹੋ ਨਸ਼ੇ ਦੇ ਨਾਲ ਅਤੇ ਕਰੋਨਾ ਵਾਇਰਸ ਦੇ ਨਾਲ। ਕਦੇ ਕਰੋਨਾ ਵਾਇਰਸ ਨੂੰ ਤੁਸੀਂ ਹਊਆ ਬਣਾ ਦਿੰਦੇ ਹੋ, ਜਦ ਹੁਣ ਠੇਕੇ ਖੁੱਲ੍ਹਣਗੇ ਹੁਣ ਕਰੋਨਾ ਵਾਇਰਸ ਕਿੱਥੇ ਚਲੇ ਗਿਆ? ਕਿ ਕੈਪਟਨ ਸਾਹਿਬ, ਜਿਹੜਾ ਕਰੋਨਾ ਵਾਇਰਸ ਆ ਉਹ ਸ਼ਰਾਬੀਆਂ ਦੇ ਨੇੜੇ ਜਾਂ ਜਿਹੜੀ ਠੇਕੇ ਦੀ ਹਦੂਦ ਆ ਨਹੀਂ ਗਾ? ਇਸ ਗੱਲਾਂ ਦੇ ਜਵਾਬ ਦਿਓ। ਤੁਸੀਂ ਪੰਜਾਬ ਦੀ ਨੌਜਵਾਨੀ ਦਾ ਘਾਣ ਕਰ ਰਹੇ ਹੋ, ਇਹ ਜਿਹੜਾ ਇਤਿਹਾਸ ਆ ਤੁਹਾਡੇ ਤੋਂ ਜ਼ਰੂਰ ਜਵਾਬ ਦੇਵੇ ਮੰਗੇਗਾ।
ਤੁਸੀਂ ਆਪਣੀਆਂ ਹਰਕਤਾਂ ਤੋਂ ਬਾਜ਼ ਆ ਜਾਓ। ਗੁਟਕਾ ਸਾਹਿਬ ਦੀ ਸੌਂ ਤੁਸੀਂ ਖਾਧੀ ਆ ਤੇ ਉਸ ਤੋਂ ਬਾਅਦ ਤੁਸੀਂ ਪੰਜਾਬ ਦੇ ਲੋਕਾਂ ਨਾਲ ਵਾਅਦਾ ਕੀਤਾ ਸੀਗਾ ਕਿ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰਾਂਗੇ। ਘਰਾਂ ਦੇ ਵਿੱਚ ਸਪਲਾਈ ਹੋ ਰਹੀ ਆ ਸ਼ਰਾਬ ਦੀ, ਘਰਾਂ ਦੇ ਵਿੱਚ ਚਿੱਟੇ ਦੀ ਸਪਲਾਈ ਹੋ ਰਹੀ ਆ, ਘਰਾਂ ਦੇ ਵਿੱਚ ਗੋਲੀਆਂ ਕੈਮੀਕਲ ਸਾਰਾ ਕੁਝ ਸਪਲਾਈ ਕਰ ਰਹੇ ਆ। ਕਿੱਥੇ ਆ ਤੁਹਾਡੀ ਪੰਜਾਬ ਪੁਲਿਸ, ਕਿੱਥੇ ਆ ਪੰਜਾਬ ਸਰਕਾਰ? ਕੂਕ ਸੁੱਤੀ ਪਈ ਆ, ਕਿਉਂਕਿ ਪੰਜਾਬ ਦੇ ਵਿੱਚ ਨਸ਼ਾ ਜਿਹੜਾ ਉਹ ਸਰਕਾਰ ਤੇ ਪੁਲਿਸ ਦੀ ਹਮਾਇਤ ਤੋਂ ਬਿਨਾਂ ਨਹੀਂ ਵਿਕ ਸਕਦਾ। ਇਹ ਲੋਕਾਂ ਨੂੰ ਪਤਾ ਤੁਸੀਂ ਪੰਜਾਬ ਦੇ ਵਿੱਚ ਨਸ਼ਾ ਵਕਾ ਰਹੇ ਹੋ, ਸ਼ਰੇਆਮ ਤੁਸੀਂ ਕਾਨੂੰਨ ਦੀਆਂ ਧੱਜੀਆਂ ਤੁਸੀਂ ਉਡਾ ਰਹੇ ਹੋ। ਜੇ ਕੋਈ ਮੇਰਾ ਵੀਰ ਸਬਜ਼ੀ ਲੈਣ ਨਿਕਲਦਾ ਤੁਸੀਂ ਉਹਦੇ ਡੰਡੇ ਮਾਰਦੇ ਹੋ, ਜੇ ਕੋਈ ਕੋਈ ਹੋਰ ਨਿਕਲਦਾ ਤੇ ਤੁਸੀਂ ਕੇਸ ਦਰਜ ਕਰਦੇ ਹੋ। ਕਿਉਂ ਇਹਨਾਂ ਦੇ ਸ਼ਰਾਬੀਆਂ ਦੇ ਕੋਈ ਕੇਸ ਦਰਜ ਨਹੀਂ ਹੁੰਦਾ? ਇਹ ਮੇਰੇ ਸਵਾਲ ਨੇ ਅੱਜ, ਤੇ ਮੇਰੀ ਬੇਨਤੀ ਆ ਸਾਰੇ ਜਿੰਨੇ ਵੀ ਮੇਰੇ ਵੀਰ ਵੇ ਲਾਈਵ ਦੇਖ ਰਹੇ ਨੇ, ਇਹ ਗੱਲ ਸੋਚਣ ਵਾਲੀ ਆ। ਜਿਹੜਾ ਕੋਈ ਮੇਰਾ ਵੀਰ, ਮੇਰਾ ਬਜ਼ੁਰਗ ਕੋਈ ਸ਼ਰਾਬ ਦਾ ਆਦੀ ਆ, ਜਿਹਦੇ ਕੋਲ 200 ਰੁਪਇਆ ਘਰੇ ਰਾਸ਼ਨ ਨਹੀਂ ਲੈ ਕੇ ਜਾਊਗਾ, ਉਹ 200 ਦੀ ਸ਼ਰਾਬ ਪੀਊਗਾ? ਇਹ ਗੱਲ ਸੋਚਣ ਵਾਲੀ ਆ। ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਯੂਥ ਵਿੰਗ ਆ ਜਿਹੜਾ, ਅਤੇ ਅਸੀਂ ਇਸ ਚੀਜ਼ ਦਾ ਵਿਰੋਧ ਕਰਦੇ ਹਾਂ, ਅਤੇ ਅਸੀਂ ਬੇਨਤੀ ਕਰਦੇ ਹਾਂ ਸਖ਼ਤ ਸ਼ਬਦਾਂ ਦੇ ਵਿੱਚ ਕਿ ਸ਼ਰਾਬ ਦੇ ਠੇਕੇ ਬੰਦ ਹੋਣੇ ਚਾਹੀਦੇ ਨੇ। ਜੇ ਸ਼ਰਾਬ ਦੇ ਠੇਕੇ ਨਾ ਬੰਦ ਹੋਏ ਤਾਂ ਅਸੀਂ ਵੱਡੇ ਪੱਧਰ 'ਤੇ ਇਹਨਾਂ ਦੇ ਵਿਰੁੱਧ ਆ ਜਿਹੜੀ ਉਹ ਆਪਣੀ ਜਿਹੜੀ ਅੱਗੇ ਜਿਹੜੀ ਮੁਹਿੰਮ ਅਸੀਂ ਵਿੱਢਾਂਗੇ। ਆਉਣ ਵਾਲੇ ਸਮੇਂ 'ਚ ਸਾਨੂੰ ਧਰਨੇ ਲਾਉਣੇ ਪਏ, ਅਸੀਂ ਧਰਨੇ ਵੀ ਲਾਵਾਂਗੇ, ਪਰ ਅਸੀਂ ਸ਼ਰਾਬ ਨਹੀਂ ਵਿਕਣ ਦੇਵਾਂਗੇ ਹੁਣ। ਇਹੀ ਮੇਰੀ ਬੇਨਤੀ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁੱਧ ਪੀ ਜਾਈ ਆ ਕੇ ਆਇਓ, ਕੁੱਟ ਕੁੱਟ ਪੀ ਜਾਓ। ਕਰੋ ਜਾਂ ਨਾ 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 ਕੋਈ ਨਹੀਂ ਕੀ ਕਰਾਂ।
ब्यूरो रिपोर्ट गुरबाणी अखंड बाणी वाहेगुरु जी का खालसा वाहेगुरु जी की फतेह। सिख धर्म की हर गतिविधि गुरबाणी वास्ते हुने सब्सक्राइब करो गुरबाणी अखंड बाणी नोटिफिकेशन वास्ते बैल नूं रिंग करो।